ਹਰਮਨ ਜੀ, ਜਿਸ ਤਰ੍ਹਾਂ ਸਿੰਘ ਸਭਾ ਦਾ ਚੁਣਾਵ ਸੀ, ਇੱਕ ਗੁਰਦੁਆਰਾ ਚੁਣਾਵ ਹੁੰਦਾ, ਉਹਦੇ ਵਿੱਚ ਸੰਗਤ ਆਉਂਦੀ ਹੈ, ਰੋਜ਼ ਦੇਖਦੀ ਹੈ, ਮਗਰ ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਚੁਣਾਵ ਹੈ, ਇਸ ਚੁਣਾਵ ਦੇ ਅੰਦਰ ਔਰ ਗੁਰਦੁਆਰਾ ਕਮੇਟੀ ਚੁਣਾਵ 'ਚ ਤੁਸੀਂ ਫਰਕ ਨਜ਼ਰ ਨਹੀਂ ਦੇਖਦਾ? ਇਸ ਤਰ੍ਹਾਂ ਹੈਗਾ ਕਿ ਵੋਟਰ ਤਾਂ ਸੇਮ ਹੀ ਹੈਗਾ, ਜਦੋਂ ਕਿ ਵੋਟਰ ਨੂੰ ਇਹ ਪਤਾ ਲੱਗਦਾ ਹੈਗਾ ਕਿ ਨਾ ਇੱਥੇ ਕੰਮ ਅੱਛਾ ਕੀਤਾ ਹੈਗਾ ਵੇ। ਪਿਛਲੇ ਅਸੀਂ 2 ਸਾਲਾਂ ਤੋਂ ਮੈਂ ਖੁਦ ਹੀ ਇੱਥੇ ਆਪਣਾ ਮੁੱਖ ਸੇਵਾਦਾਰ ਹੈਗਾ ਵਾਂ, ਬਟ ਮੈਂ ਇਸ ਤੋਂ ਪਹਿਲੇ ਵੀ ਨਾ, ਜਿਵੇਂ ਮੈਂ ਖਾਲਸਾ ਕਾਲਜ ਦੇ ਚੇਅਰਮੈਨ ਸੀ, ਪਲੇਸਮੈਂਟ ਮੇਰੇ ਕੋਲ ਹੈਗੀ ਸੀਗੀ, ਜਿਵੇਂ ਸਬਰਿਸ ਦਵਾਈਆਂ ਹੈਗੀਆਂ ਨੇ, ਰਜੌਰੀ ਗਾਰਡਨ ਦੇ ਵੀ ਸੰਗਤ ਨੂੰ ਬੜੀ ਦਵਾਈ ਹੈਗੀ ਹੈ, ਔਰ 14 ਕਾਲਜ ਹੈਗੇ ਸੀ ਮੇਰੇ ਅੰਡਰ, ਉਹ ਸਾਰੇ ਕਾਲਜਾਂ ਦੇ ਵਿੱਚ ਗਰਾਊਂਡ ਬੋਰਡ ਮੈਂ 1965 ਬੱਚੇ ਨੂੰ ਸਰਵਿਸ ਦਿਲਵਾ ਚੁੱਕਾ ਹੈਗਾ ਵਾਂ, ਉਹਦੇ 'ਚ ਰਜੌਰੀ ਗਾਰਡਨ ਦੇ ਵੀ 60-70 ਬੰਦੇ ਆ ਜਾਂਦੇ ਹੈਗੇ ਨੇ, ਔਰ ਫਿਰ ਅਸੀਂ ਐਡਮਿਸ਼ਨ ਦੇ ਵਿੱਚ ਮੈਂ ਸੰਗਤ ਮੇਰੇ ਕੋਲ ਆਉਂਦੀ ਹੈਗੀ ਸੀ, ਅਤੇ ਅਸੀਂ ਬੜੇ ਪਿਆਰ ਦੇ ਨਾਲ ਉਹਨਾਂ ਦੇ, ਔਰ ਐਤਕੀ ਤਾਂ ਸਭ ਹਰ ਇੱਕ ਬੱਚੇ ਦੀ ਨਾ ਸਾਡੀ ਐਡਮਿਸ਼ਨ ਹੋਈ ਹੈ, ਕੋਈ ਵਿਰਲਾ ਹੀ ਰਿਹਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਹੈਗਾ ਵਾਂ, ਹਰ ਬੱਚੇ ਦੀ ਅਸੀਂ ਐਡਮਿਸ਼ਨ ਕਰਵਾਈ ਹੈਗੀ ਹੈ। ਫਿਰ ਉਸ ਤੋਂ ਬਾਅਦ ਜਿਹੜੀ ਸੇਵਾ ਸਾਨੂੰ ਮਿਲੀ ਹੋਈ ਹੈ, ਜਿਹੜੀ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈਗਾ ਵਾਂ ਅੰਮ੍ਰਿਤਸਰ, ਉਹ ਮੇਰੇ ਕਮਰੇ ਹਰ ਰੋਜ਼ 4-5 ਹੁੰਦੇ ਨੇ, ਔਰ ਅਸੀਂ ਬੜਾ ਫੋਲੋਅਪ ਕਰਦੇ ਹਾਂ। ਮੇਰਾ ਖਿਆਲ ਹੈ ਪਿਛਲੇ 2 ਸਾਲਾਂ ਤੋਂ ਅਸੀਂ ਕੋਈ 3-3,500 ਸੰਗਤ ਨੂੰ ਉੱਥੇ ਕਮਰੇ ਅਸੀਂ ਦਵਾਏ ਹੈਗੇ ਨੇ, ਔਰ ਸੰਗਤ ਸਾਡੀ ਇੰਨੀ ਖੁਸ਼ ਹੈਗੀ, ਅਸੀਂ ਫੋਲੋਅਪ ਨਾਲ ਕਰਦੇ ਹਾਂ। ਸੰਗਤ ਇੰਨੀ ਖੁਸ਼ ਹੈਗੀ ਜਦੋਂ ਉਹਨਾਂ ਨੂੰ ਕਮਰਾ ਮਿਲ ਜਾਂਦਾ ਹੈਗਾ ਵੀ ਅਸੀਂ ਉਹਦਾ ਕੋਈ ਨਾ, ਮਤਲਬ ਇੰਨਾ ਕੁ ਪਿਆਰ ਫਿਰ ਦੇ ਦਿੰਦੀ ਹੈਗੀ ਕਿ ਵੀ, ਕਿਉਂਕਿ ਜਿਹੜਾ ਕਮਰਾ ਬਾਈ ਦੇ ਵਿੱਚ ਜਦੋਂ ਉੱਥੋਂ ਥੱਕੀ ਟੁੱਟੀ ਗਈ ਹੁੰਦੀ ਹੈ, ਕਮਰਾ ਨਾ ਮਿਲੇ ਤਾਂ ਬੜੀ ਪ੍ਰੋਬਲਮ ਆ ਜਾਂਦੀ ਹੈਗੀ ਹੈ। ਪਰ ਇੱਥੇ ਸਾਡੇ ਪਿਛਲੇ 2 ਸਾਲਾਂ ਤੋਂ 2.5 ਸਾਲਾਂ ਤੋਂ ਇੰਝ ਅਸੀਂ ਸੇਵਾ ਕੀਤੀ ਹੈ ਕਮਰਿਆਂ ਦੀ ਵੀ, ਉੱਧਰ ਐਡਮਿਸ਼ਨਸ ਦੀ, ਉੱਧਰ ਸਰਵਿਸ ਦੇ ਵਿੱਚ। ਫਿਰ ਗੁਰਦੁਆਰਾ ਸਾਹਿਬ ਦੇ ਤੁਸੀਂ ਕੰਮ ਦੇਖਦੇ ਪਏ ਹੋ ਕਿੰਨੇ ਹੋਏ ਹੈਗੇ ਨੇ, ਡਿਸਪੈਂਸਰੀ ਦਾ ਕੰਮ ਕਿੰਨਾ ਆਇਆ, ਓਲਡ ਏਜ ਕੇਅਰ ਸੈਂਟਰ ਦਾ ਕੰਮ ਅਸੀਂ ਸਾਡਾ ਚੱਲਦਾ ਪਿਆ ਹੈਗਾ ਵੀ, ਹੋਰ 1-1.5 ਮਹੀਨੇ ਸਟਾਰਟ ਹੋ ਜਾਏਗਾ। ਉੱਥੇ ਮੈਂਟਲ ਰਿਟਾਰਡਿਡ ਬੱਚਿਆਂ ਦਾ, ਜਿਹੜੇ ਬੱਚੇ ਵੀਕ ਹੈਗੇ ਨੇ, ਦਿਮਾਗੀ ਵੀਕ ਹੈਗੇ ਨੇ, ਉਹਨਾਂ ਦਾ ਸਕੂਲ ਸਾਡਾ ਕਿੰਨਾ ਸੋਹਣਾ, ਦਿੱਲੀ ਦੇ ਵਿੱਚ ਮੇਰਾ ਖਿਆਲ ਹੈ 1 ਆਫ ਦਾ ਟੋਪ ਸਕੂਲ ਚੱਲਦਾ ਪਿਆ ਸਾਡਾ, ਅਸੀਂ ਆਪ ਖੁਦ ਉੱਥੇ ਉਹਨਾਂ ਕੋਲ ਜਾਂਦੇ ਹਾਂ, ਉਹਨਾਂ ਕੋਲ ਪਿਆਰ ਦਿੰਦੇ ਹਾਂ, ਉਹਨਾਂ ਕੋਲ ਪਿਆਰ ਲੈਂਦੇ ਹੈਗੇ ਹਾਂ। ਇਸ ਤਰ੍ਹਾਂ ਰਿਜ਼ਲਟ ਸਾਡਾ ਬੜਾ ਅੱਛਾ ਆਇਆ ਹੈਗਾ ਵੇ, ਜਦੋਂ ਅਸੀਂ ਕਮੇਟੀ ਲਿੱਤੀ ਸੀ ਉਦੋਂ 91% ਰਿਜ਼ਲਟ ਸੀਗਾ, ਅੱਜ 96.  ਇਹ ਤਾਂ ਗੱਲ ਰਹੀ ਇੱਕ ਸਿੰਘ ਸਭਾ ਦੀ, ਹੁਣ ਦਿੱਲੀ ਕਮੇਟੀ ਦਾ ਚੁਣਾਵ, ਅਗਰ ਦਿੱਲੀ ਕਮੇਟੀ ਚੁਣਾਵ ਦੇ ਅੰਦਰ ਤੁਹਾਨੂੰ ਸੰਗਤ ਤੁਹਾਡੇ ਇਲਾਕੇ ਦੀ, ਸੁਭਾਸ਼ ਨਗਰ ਦੀ, ਰਜੌਰੀ ਗਾਰਡਨ ਦੀ ਸੇਵਾ ਦਾ ਮੌਕਾ ਦੇ ਦਿੰਦੀ ਹੈ, ਤੁਸੀਂ ਆਪਣੇ ਇਲਾਕੇ ਦੀ ਸੰਗਤ ਵਾਸਤੇ ਕੀ ਕਰੋਗੇ? ਦਿੱਲੀ ਕਮੇਟੀ ਜੋ ਕੰਮ ਕਰੇਗੀ ਉਹ ਤਾਂ ਕਰੇ ਹੀ ਕਰੇਗੀ, ਇੱਕ ਸੇਵਾਦਾਰ ਦੇ ਰੂਪ ਵਿੱਚ, ਜਿਸ ਤਰ੍ਹਾਂ ਤੁਸੀਂ ਗੁਰਦੁਆਰਾ ਰਜੌਰੀ ਗਾਰਡਨ ਕੰਮ ਕੀਤਾ, ਇਸ ਤਰ੍ਹਾਂ ਸੰਗਤ ਦੱਸੋ ਕਿ ਤੁਸੀਂ ਅੱਗੇ ਕੀ ਕਰੋਗੇ, ਤੁਸੀਂ ਅੱਗੇ ਦੀ ਤੁਹਾਡੀ ਪਲੈਨਿੰਗ ਕੀ ਹੈ? ਇਸ ਤਰ੍ਹਾਂ ਹੈਗਾ, ਪਲੈਨਿੰਗ ਸਾਡਾ ਮੈਨੀਫੈਸਟੋ ਆ ਰਿਹਾ ਹੈਗਾ ਵੇ, ਆ ਹੀ ਗਿਆ ਹੈਗਾ ਵੇ, ਅਸੀਂ ਉਹਦੇ ਤੋਂ ਇਲਾਵਾ ਵੀ ਨਾ, ਜੋ ਮੈਨੀਫੈਸਟੋ ਜਦੋਂ ਕਰ ਅੱਗੇ ਵੀ ਆਲਰੇਡੀ, ਜਿਵੇਂ ਅਸੀਂ ਧਰਮ ਪ੍ਰਚਾਰ ਦਾ ਬੜਾ ਰਾਣਾ ਸਾਹਿਬ ਨੇ ਕੀਤਾ ਹੈਗਾ ਵੇ, ਅੱਜ ਦਿਨ ਤੱਕ ਤੁਸੀਂ ਦੇਖ ਲਓ 35-40 ਸਾਲ ਹੋ ਗਏ ਨੇ ਦਿੱਲੀ ਕਮੇਟੀ ਦੇ ਇਲੈਕਸ਼ਨ ਹੁੰਦੇ ਆ, ਪ੍ਰਧਾਨ ਬੰਦੇ ਆ, ਧਰਮ ਪ੍ਰਚਾਰ ਦਾ ਚੇਅਰਮੈਨ ਬੰਦੇ ਆ, ਅੱਜ ਤੱਕ ਕਿਸੇ ਨੇ ਇੰਨਾ ਪ੍ਰਚਾਰ ਕੀਤਾ ਹੈਗਾ ਵੇ, ਅੱਜ ਤੱਕ ਇੰਨੇ ਅੱਛੇ ਗੁਰਦੁਆਰੇ, ਇੰਨੇ ਅੱਛੀ ਕਥਾਵਾਚਕ ਆਉਂਦੇ ਨੇ, ਇੰਨੇ ਇੰਨੇ ਵਧੀਆ ਉੱਥੋਂ ਉੱਥੇ ਆ ਜਾਂਦੇ ਹੈਗੇ ਨੇ, ਸਾਡੇ ਕੀਰਤਨੀ ਆਉਂਦੇ ਹੈਗੇ ਨੇ, ਤੁਸੀਂ ਦੇਖਦੇ ਹੀ ਆਉਂਦਾ ਹੈਗਾ ਵੇ, ਔਰ ਤੁਸੀਂ ਦੇਖੋ ਸੀਸਗੰਜ ਸਾਹਿਬ ਨੂੰ ਕਿੰਨਾ ਵਧੀਆ ਬਣਾ ਦਿੱਤਾ ਗਿਆ ਹੈਗਾ ਵੇ, ਇੱਧਰ ਬੰਗਲਾ ਸਾਹਿਬ ਦੇ ਵਿੱਚ, ਬਾਲਾ ਸਾਹਿਬ ਦੇ ਵਿੱਚ, ਨਾਨਕ ਪਿਓ ਕਿੰਨਾ ਚੰਗੀ ਹੋ ਗਈ ਹੈਗੀ ਹੈ, ਲੰਗਰ ਹਾਲ ਸਾਰੇ ਕੰਡੀਸ਼ਨ ਹੁੰਦੇ ਪਏ ਹੈਗੇ ਨੇ, ਕਿੰਨਾ ਕੁ ਕੰਮ ਇਹਨਾਂ ਨੇ ਹੋਇਆ ਹੈਗਾ ਵੇ, ਔਰ ਅੱਗੋਂ ਜਿਹੜਾ ਵੀ ਕੰਮ ਹੈਗਾ ਵੇ ਅਸੀਂ ਰਲ ਮਿਲ ਕੇ GK ਦੇ ਨਾਲ ਸਾਰੇ ਕਰਾਂਗੇ, ਔਰ ਜੋ ਅਸੀਂ ਕਿਹਾ ਗਿਆ ਉਹ ਕਰਾਂਗੇ। ਇੱਕ ਹੋਰ ਅਸੀਂ ਕਰ ਰਹੇ ਹੈਗੇ ਹਾਂ, ਜਿਹੜਾ ਕਿ ਮੇਰੀ 3 ਦਿਨ ਪਹਿਲੇ GK ਸਾਹਿਬ ਨਾਲ ਮੀਟਿੰਗ ਹੋਈ ਹੈਗੀ ਸੀਗੀ, ਕਿ ਅਸੀਂ ਜਿਵੇਂ ਪਿੰਗਲਵਾੜਾ ਹੈ ਨਾ ਅੰਮ੍ਰਿਤਸਰ, ਅਸੀਂ ਉਹ ਇੱਥੇ ਨਾ, ਸਾਡੇ ਕੋਲ ਜਗ੍ਹਾ ਬੜੀਆਂ ਪਈਆਂ ਹੈਗੀਆਂ ਨੇ, ਅਸੀਂ ਉਹ ਕਰਨਾ ਚਾਹੁੰਦੇ ਹੈਗਾ ਵਾ, ਉਹ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ, ਮੈਂ ਉਹ ਕਰਨਾ ਚਾਹੁੰਦਾ ਹੈਗਾ ਵਾਂ। ਅਗਰ ਗੁਰੂ ਮਹਾਰਾਜ ਨੇ ਸਿਹਤ ਬਖਸ਼ੀ, ਗੁਰੂ ਮਹਾਰਾਜ ਨੇ ਥੋੜ੍ਹੀ ਜਿਹੀ ਮੈਨੂੰ ਦੇ ਦਿੱਤੀ ਗਈ ਉਮਰ ਦੇ ਦਿੱਤੀ ਗਈ ਸੇਵਾ ਦੇ ਦਿੱਤੀ, ਅਤੇ ਇਹ ਕੰਮ ਮੇਰਾ ਨਾ ਇੱਕ ਮੈਂ ਕਰਨਾ ਚਾਹੁੰਦਾ।